ਕਿਲੋਮੀਟਰ ਰੇੜੀ ਚਲਾ ਸਕਦਾ ਮੈਂ ਹੁਣ ਵੀ ਫੇਰ ਵੀ ਮੈਂ ਹਿੰਮਤ ਨਹੀਂ ਹਾਰਦਾ ਬੁਢਾ ਹੋ ਗਿਆ ਚਾਹੇ ਹਿੰਮਤ ਨਹੀਂ ਹਾਰਦਾ ਮੈਂ ਇਹ ਸੋਚਦਾ ਵੀ ਮੇਰੇ ਨਾਲੋਂ ਪਹਿਲਾਂ ਮੇਰੀ ਔਰਤ ਮਰ ਜਾਏ ਮੈਂ ਇਸਾ ਆਪਣੇ ਹੱਥ ਨਾਲ ਸੰਸਕਾਰ ਕਰ ਦੂਆ ਜੇ ਮੈਂ ਮਰ ਗਿਆ ਇਹਨੂੰ ਕੌਣ ਪੁੱਛੇਗਾ ਪਿੱਛੇ ਤੇ ਤੱਕੇ ਤੱਕੇ ਖਾਇਗੀ ਆਤਮਰ ਰੋ ਰਹੀ ਹੈ ਇਸ ਵਾਰ ਸਤਿ ਸ਼੍ਰੀ ਅਕਾਲ ਜੀ ਮੈਂ ਨਵਰੀ ਸਵੀਆ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਕਰਦਾ ਬੰਦਾ ਕਾਦੇ ਲਈ ਭੱਜਿਆ ਫਿਰਦਾ ਹੈ ਕਾਦੇ ਲਈ ਮਿਹਨਤ ਕਰਦਾ ਹੈ ਘਰ ਬਣਾਉਂਦਾ ਹੈ ਬਿਜ਼ਨਸ ਖੜੇ ਕਰਦਾ ਹੈ ਨੌਕਰੀਆਂ ਕਰਦਾ ਹੈ ਤਕੜੀ ਮਸ਼ੱਕਤ ਕਰਦਾ ਤਾਂ ਕਿ ਮੇਰੇ ਜਿਹੜੇ ਨਿਆਣੇ ਆ ਮੇਰੇ ਜਵਾਕ ਆ ਉਹ ਉਹ ਸਹੂਲਤਾਂ ਮਾਣ ਸਕਣ ਉਹ ਸੁੱਖ ਮਾਣ ਸਕਣ ਜਿਹੜੇ ਮੈਂ ਨਹੀਂ ਮਾਣੇ ਜ਼ਿੰਦਗੀ ਨੂੰ ਸੌਖਾ ਕਰਨ ਤੁਰਿਆ ਬੰਦਾ ਆਪਦੇ ਬੱਚਿਆਂ ਦੇ ਲਈ ਕਈ ਵਾਰੀ ਠੱਗੀਆਂ ਕਮਾ ਜਾਂਦਾ ਟੱਕਾ ਵੀ ਕਰ ਜਾਂਦਾ ਬਹੁਤ ਕੁਝ ਹੁੰਦਾ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਵਗਦਾ ਦਰਿਆ ਪਰ ਸੋਚੋ ਜੇ ਉਹੀ ਬੱਚੇ ਬੁੜਾਪੇ 'ਚ ਜਦੋਂ ਤੁਹਾਨੂੰ ਸਭ ਤੋਂ ਵੱਧ ਜ਼ਰੂਰਤ ਹੋਵੇ ਉਹਨਾਂ ਬੱਚਿਆਂ ਦੀ ਤੁਹਾਨੂੰ ਕਹਿ ਦੇਣ ਵੀ ਘਰੋਂ ਨਿਕਲੋ ਤਾਂ ਤੁਹਾਨੂੰ ਕਿਸੇ ਕੈਸੀ ਥਾਂ ਤੇ ਰਹਿਣਾ ਪਵੇ ਜਿੱਥੇ ਤੁਹਾਨੂੰ ਕੋਈ ਨਹੀਂ ਜਾਣਦਾ ਤੇ ਫਿਰ ਕੀ ਬੀਤੇਗੀ ਦਿਲ ਤੇ ਇਹ ਖਿਆਲ ਵੀ ਸਾਨੂੰ ਕੰਬਾ ਦਿੰਦਾ ਇਹ ਖਿਆਲ ਜਦੋਂ ਮਨ ਚਾਹੁੰਦਾ ਨਾ ਤੇ ਭੰਬੜ ਮਚਦਾ ਅੰਦਰ ਸਾਡੇ ਕਿ ਕਿਵੇਂ ਹੋ ਸਕਦਾ ਏ ਬੱਚੇ ਕਿਵੇਂ ਕਰ ਸਕਦੇ ਆ ਏ ਪਰ ਇਹ ਹੋ ਰਿਹਾ ਸਾਡੇ ਹੀ ਸਮਾਜ ਚ ਹੋ ਰਿਹਾ ਓਹ ਸੰਸਕ੍ਰਿਤੀ ਜਿਹਦੇ ਬਾਰੇ ਅਸੀਂ ਬਹੁਤ ਰੌਲਾ ਪਾਉਨੇ ਆ ਕਿ ਬਹੁਤ ਮਹਾਨ ਆਹ ਕੁਝ ਆ ਉੱਥੇ ਚੀਜ਼ਾਂ ਹੋ ਰਹੀਆਂ ਅੱਜ ਇੱਕ ਐਸੀ ਥਾਂ ਤੇ ਲੈ ਕੇ ਆਏ ਆ ਅਸੀਂ ਬੇਘਰਿਆਂ ਦੇ ਲਈ ਘਰ ਰਹਿਣ ਬਸੇਰਾ ਇੱਕ ਮੁਹਾਲੀ ਦੇ ਵਿੱਚ ਉੱਥੇ ਇੱਕ ਬਜ਼ੁਰਗ ਜੋੜੇ ਨੂੰ ਮਿਲਾਉਣ ਜਾ ਰਹੇ ਹਾਂ ਤੁਹਾਨੂੰ ਇਹਨਾਂ ਦੀ ਕਹਾਣੀ ਬੜੀ ਅਜੀਬ ਤਾਂ ਨਹੀਂ ਮੈਂ ਕਹਿ ਸਕਦਾ ਪਰ ਦਰਦ ਭਰੀ ਹੈ ਇਸ ਕਹਾਣੀ ਦੇ ਵਿੱਚ ਇਸ ਸਖਤ ਮਿਹਨਤ ਕਰਦੇ ਆ ਤੇ ਬੱਚਿਆਂ ਨੂੰ ਕਾਬਿਲ ਬਣਾਉਂਦੇ ਆ ਪਰ ਜਦੋਂ ਬੱਚੇ ਫਿਰ ਜ਼ਿਆਦਾ ਹੀ ਸਿਆਣੇ ਹੋ ਜਾਂਦੇ ਆ ਤੇ ਫਿਰ ਉਹ ਮਾਪੇ ਨੂੰ ਤੁਹਾਨੂੰ ਵੀ ਪਤਾ ਕੀ ਸਮਝਦੇ ਆ ਬਜ਼ੁਰਗ ਜੂੜਾ ਆਪਣੇ ਨਾਲ ਹੈ ਇਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਬਾਈ ਸਤਿ ਸ਼੍ਰੀ ਅਕਾਲ ਕੀ ਨਾਮ ਆ ਬਾਬਾਈ ਕੋਈ ਗੱਲ ਨਹੀਂ ਆ ਮੈਂ ਫਾੜ ਲੂੰਗਾ ਅਮਰਚੰਦ ਬਾਈ ਹੈਂ ਅਮਰਚੰਦ ਅਮਰਚੰਦ ਜੀ ਕਿਹੜੀ ਜਗ੍ਹਾ ਤੋਂ ਤੁਸੀਂ ਮੈਂ ਪਿੰਡ ਸਿੰਘ ਭਗਵੰਤਪੁਰ ਤੋਂ ਆ ਪਹਿਲੇ ਤਾਂ ਅਸੀਂ ਚੰਡੀਗੜ੍ਹ 'ਚ ਬਹੁਤ ਰਹੇ ਫਿਰ ਮੇਰੇ ਕੋਲ 56 'ਚ ਮਕਾਨ ਮਿਲ ਗਿਆ ਤਾਂ ਅੱਛਾ ਅੱਛਾ ਚੰਡੀਗੜ੍ਹ ਤੁਸੀਂ ਕਦੋਂ ਆਏ ਹੋ ਬਾਬਾਈ ਮੈਂ ਤੀਸਰੀ ਜਮਾਤ 23 ਸੈਕਟਰ ਹਾਈ ਸਕੰਡਰੀ ਸਕੂਲ ਤੋਂ ਪਾਸ ਕਰੀ ਆ ਜੀ ਅੱਛਾ ਅੱਛਾ ਤੁਸੀਂ ਤੀਜੀ ਚ ਸੀਗੇ ਉਦੋਂ ਹੀ ਆ ਗਏ ਸੀਗੇ ਇੱਥੇ ਮੇਰਾ ਪਿਤਾ ਜੀ ਇੱਥੇ 60 ਰੁਪਏ ਮਹੀਨੇ ਪਰ ਨੌਕਰੀ ਲੱਗਿਆਤਾ ਚੰਡੀਗੜ੍ਹ ਤੇ ਪੀਜੀ ਆਇਆ ਜੀ ਉਹਦੇ ਬਾਅਦ ਮੇਰੇ 21 ਨਵੰਬਰ ਨੂੰ ਮੇਰੇ ਭਰਾ ਦੀ ਡੈਥ ਹੋ ਗਈ ਨਾ 21 ਨਵੰਬਰ ਨੂੰ ਮੇਰੇ ਪਿਤਾ ਜੀ ਦੀ ਡੈਥ ਹੋ ਗਈ ਉਹਦੀ ਨੌਕਰੀ ਛੋਟੇ ਭਰਾ ਨੂੰ ਦਵਾਤੀ ਛੋਟੇ ਭਾਈ ਨੇ ਜੂਆ আর दारू ਪੀਤੀ ਐ ਜੂਆ ਖੇលਿਆ ਬਸ ਗੱਲ ਸੁਣੋ ਉਹਨੇ ਸਾਡੀ ਕੋਈ ਨਹੀਂ ਸੁਣੀ ਉਹਦੀ ਵੀ ਡੈਥ ਹੋ ਗਈ ਉਹਦਾ ਵੀ ਕੁਝ ਨਹੀਂ ਮਿਲੇ ਮੈਂ ਆਪਣਾ ਤਨਸੋਰਾ ਕਲੋਨੀ ਚ ਰਹਿੰਦਾ ਤਾਂ ਮੈਨੂੰ ਮਕਾਨ ਮਿਲਿਆ 631 ਨੰਬਰ ਚਾਰ ਮਜਲੇਆ ਚ ਉਹ ਮੇਰੇ ਜਵਾਈ ਨੇ ਵੇਚ ਕੇ ਖਾ ਲਿਆ ਜਵਾਈ ਦੇ ਨਾਲ ਪੰਜ ਛੇ ਬੰਦੇ ਤੇ ਹੋਰ ਤੇ ਮੈਨੂੰ ਇੱਥੇ ਤੇ ਲੈ ਗਿਆ ਮੈਨੂੰ ਇੱਕ ਸਾਲ ਬਾਅਦ ਉਹਨੇ ਕੱਢਤਾ ਨਹੀਂ ਪਰ ਚਲੋ ਆਪਾਂ ਇਹ ਤੇ ਗੱਲ ਤੇ ਵੀ ਆਉਣੇ ਆ ਤੁਸੀਂ ਮੈਨੂੰ ਆਪਦੇ ਬਾਰੇ ਦੱਸੋ ਫਿਰ ਤੁਸੀਂ ਕੀ ਕੀਤਾ ਚਲੋ ਜਿਹੜੇ ਬਜ਼ੁਰਗਾਂ ਵਾਲੀ ਨੌਕਰੀ ਸੀਗੀ ਉਹ ਤਾਂ ਛੋਟੇ ਭਾਈ ਨੂੰ ਮਿਲ ਗਈ ਹਾਂਜੀ ਤੁਸੀਂ ਕੀ ਕੀਤਾ ਮੈਂ ਤਾਂ ਮਿਹਨਤ ਕਰੀ ਜੀ ਬਸ ਆਹ ਦਿਹਾੜੀ ਦਾ ਪਾ ਕਰਿਆ ਬਸ ਆਹ ਰੇੜੀ ਬਾਈ ਹੀ ਆਇਆ ਰੱਖਿਆ ਚਲਾਇਆ ਬਸ ਇਹ ਕਿੰਨੇ ਸਾਲ ਦੀ ਉਮਰ ਆ ਬਜ਼ੁਰਗ ਜੀ ਇਹ ਲੋੜੀ ਨੂੰ 67 ਸਾਲ ਦਾ ਹੋ ਜਾਊਗਾ ਸਨ 52 ਦਾ ਜਨਮ ਆ ਤੁਸੀਂ ਹਿਸਾਬ ਲਾ ਲਓ ਤਾਂ ਬਜ਼ੁਰਗ ਹਜੇ ਵੀ ਰੇੜੀ ਚਲਾ ਰਹੇ ਆ ਤੁਸੀਂ ਦੇਖੇ ਦੇਖ ਹੀ ਸਕਦੇ ਹੋ ਵੀ ਕਿਵੇਂ ਸਬਜ਼ੀਆਂ ਵਗੈਰਾ ਅੱਜ ਲੈ ਕੇ ਆਇਆ ਸਾਰਾ ਕੁਝ ਅਸੀਂ ਤੁਹਾਨੂੰ ਤੜਕੇ ਦੇ ਡੀਕੀ ਜਾਂਦੇ ਆ ਤੜਕੇ ਦੇ ਸਮਝਦੇ ਹੋ ਸਾਡੇ ਵਾਲੇ ਪਾਸੇ ਪੁੱਤ ਪੁੱਤ ਗੱਲ ਤਾਂ ਸੁਣ ਉਹ ਤੜਕਾ ਤਾਂ ਸਾਡੇ ਵੀ ਤੜਕਾ ਹੀ ਕਹਿ ਦਿੰਦੇ ਹੋ ਬੁੜੇ ਗੱਲ ਸੁਣਾ ਅਸੀਂ ਪੰਜਾਬੀ ਬੰਦੇ ਆ ਗੱਲ ਸੁਣ ਤੜਕਾ ਹੀ ਕਹਿੰਦੇ ਉਹਨੂੰ 4:00 ਵਜੇ ਤੜਕਾ ਹੋ ਗਿਆ ਉઠੋ ਤੜਕੇ ਤੜਕੇ ਉઠੋ ਹੈ ਨਾ ਵੀ ਅਸੀਂ ਸਾਨੂੰ ਆਏ ਸੀਗਾ ਵੀ ਚਲੋ ਬਜ਼ੁਰਗ ਆਉਣਗੇ ਤੇ ਅੱਜ ਫਿਰ ਕਿੰਨੇ ਕੁ ਗੇੜੇ ਮਿਲੇ ਤੁਹਾਨੂੰ ਗੇੜਾ ਕੁਛ ਨਹੀਂ ਜੀ ਮੈਂ ਅੱਜ ਪੌਣੇ 300 ਰੁਪਏ ਦਾ ਕੰਮ ਕਰਕੇ ਆਇਆ ਹਾਂ। ਪੌਣੇ 300। ਹਾਂ। 275 ਰੁਪਏ ਦਾ। ਥੱਕ ਜਾਂਦਾ ਜੀ ਸ੍ਰੀ ਬੱਸ। ਨਹੀਂ ਠੀਕ ਹੈ। ਹੁਣ 67 ਸਾਲ ਦੀ ਉਮਰ 'ਚ ਮੈਨੂੰ ਵੀ ਪਤਾ ਜੇ ਗੇੜੇ ਲਾਉਂਗੇ। ਅੱਛਾ। ਹਾਂ ਤੇ ਫਿਰ ਫਿਰ ਕੀ ਹੋ ਗਿਆ ਕੋ ਗੜਾ ਤਾਂ ਨਹੀਂ ਗੇ। ਹੁਣ ਵੀ ਹਿੰਮਤ ਹੈ। ਹਾਂ। 100 ਕਿਲੋਮੀਟਰ ਰੇੜੀ ਚਲਾ ਸਕਦਾ ਮੈਂ ਹੁਣ ਵੀ। ਅੱਛਾ। ਹਾਂ ਜੀ ਸ਼ਰਤ ਲਾ ਕੇ 100 ਕਿਲੋਮੀਟਰ ਪ੍ਰਤੀ ਰੇੜੀ ਮੈਂ ਖਿੱਚ ਕੇ ਲਿਆ ਸਕਦਾ। ਹੋਰ ਥੱਕਦਾ ਬਈ ਜਿਆਦਾ ਭਜਨ ਨਾ ਹੋਵੇ। ਹਰਗਾ ਭਜਨ ਉਹ ਵੀ ਉਮੈਂ 50 ਕਿਲੋਮੀਟਰ ਚੱਲੇ ਜਾਊਂਗਾ 50 ਕਿਲੋਮੀਟਰ ਉੱਧਰ ਤੇ ਵਾਪਸ ਆਜੂ ਇੱਥੇ ਤੇ ਸਰਾਂਧ ਤੱਕ ਚੱਲੇ ਜਾਊਂਗਾ ਸਰਾਂਧ ਤੇ ਵਾਪਸ ਇੱਥੇ ਆਜੂ ਬਾਹ ਵੀ ਟੁੱਟੀ ਆ ਤੁਹਾਡੀ ਇਹ ਹੈ ਜੀ ਬਾਹ ਟੁੱਟੀ ਵੀ ਆ ਅੱਛਾ 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 ਇਹਦੇ ਵੇ ਫਿਰ ਮੈਂ ਇਹ ਤਕਲੀਫ ਹੈ ਮੋਰ ਤਕਲੀਫ ਹੈ ਇਹ ਤਕਲੀਫ ਤਾਂ ਹੋਣੀ ਆ ਪਰ ਜਿਹੜੀ ਜ਼ਿੰਦਗੀ ਨੇ ਤਕਲੀਫ ਦਿੱਤੀ ਹੁਣ ਕਿਆ ਕਰੀਏ ਹੁਣ ਨਾ ਤਾਂ ਪੋਤਾ ਕੋਈ ਘਰ ਘਰ ਤੁਸੀਂ ਲਿਆ ਸੀ ਉਦੋਂ ਹਾਂਜੀ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਮੈਨੂੰ ਘਰ ਮਿਲ ਗਿਆ ਪਹਿਲਾਂ ਤੁਸੀਂ ਪਿਤਾ ਜੀ ਵਾਲੇ ਘਰ 'ਚ ਹੀ ਰਹਿੰਦੇ ਸੀ ਨਾ ਪਿਤਾ ਵਾਲੇ 'ਚ ਰਹਿੰਦੇ ਸੀ ਜੀ 35 ਨੰਬਰ ਕੋਟਰ ਤਾਂ ਸਾਡਾ ਪੀਜੀਆਈ ਅੱਛਾ ਉਹਦੇ ਬਾਅਦ ਮੈਂ ਮੈਸਨ ਰੱਖ ਲਿਆ ਦੀ ਇੱਥੇ 500 ਰੁਪਏ ਅੱਛਾ ਉਹ ਕਲੋਨੀ ਦੀ ਤਰਫ ਤੇ 6231 ਨੰਬਰ ਮੈਨੂੰ ਚਾਰ ਮਜ਼ਲਿਆਂ 'ਚ ਕੋਟਰ ਅਲਾਟ ਹੋ ਗਿਆ ਤਾਂ ਠੀਕ ਹੈ ਜੀ ਮੇਰੇ ਜਵਾਈ ਨੇ ਰਲ ਕੇ ਆ ਜਾ ਪਾਪਾ ਜੀ ਤੁਸੀਂ ਇੱਥੇ ਚੱਲੋ ਇੱਥੇ ਚੱਲੋ ਤੱਕੇ ਮਾਰ ਕੇ ਸਾਨੂੰ ਕਟ ਤਾ ਇੱਕ ਹੀ ਬੇਟੀ ਹੈ ਤੁਹਾਡੇ ਇੱਕੋ ਬੇਟੀ ਹੈ ਜੀ ਦੋ ਬੇਟੇ ਮਰਲੇ ਤੇ ਦੋ ਬੇਟੀਆਂ ਮਾਰ ਲੀਆਂ ਸੀ ਹਾਂ ਅੱਛਾ ਇੱਕ ਬੇਟੀ ਹੀ ਬਚੀ ਸੀ ਬਾਕੀ ਬਸ ਇੱਕੋ ਬੇਟੀ ਬਚੀ ਸੀ ਉਸਕੇ ਪਾਸ ਤਿੰਨ ਲੜਕੇ ਆ ਇੱਕ 12ਵੀਂ ਪਾਸ ਹੈ ਇੱਕ 9ਵੀਂ ਵਿੱਚ ਤੇ ਹਟ ਗਿਆ ਤਾਂ ਇੱਕ 12ਵੀਂ ਚ ਪੜ ਰਿਹਾ ਹੈ ਜੀ ਲੜਕੀ ਦਾ ਤਾਂ ਘਰ-ਬਾਰ ਬਥੇਰਾ ਚੰਗਾ ਮੈਂ ਲੜਕੀ ਨੂੰ ਇੱਕੋ ਪੜਨਾ ਇੱਕੋ ਲੜਕੀ ਹੈ ਬਸ ਹੂੰ ਨੀ ਜੋ ਲੜਕੀ ਫਿਰ ਅੱਛਾ ਤੇ ਵਿਆਹ ਕਦੋਂ ਹੋਇਆ ਉਹਨਾਂ ਦਾ ਕਦੋਂ ਕੀਤਾ ਤੁਸੀਂ ਵਿਆਹ ਮੈਂ ਕਲੋਨੀ ਚ ਕਰਿਆਤਾ ਜੀ ਮੈਂ ਮਤਲਬ ਲਿਖਿਆ ਹੋਤਾ ਕੋਈ ਹੈ ਨਹੀਂ ਮੈਂ ਅਨਪੜ ਬੰਦਾ ਆ ਤਿੰਨ ਕਲਾਸਾਂ ਦਾ ਪੜਿਆ ਹੋ ਮੈਂ ਸਾਰੀਆਂ ਅਨਪੜ ਬੰਦਾ ਦੇਖੋ ਮੈਨੂੰ ਉਹਨੇ ਵਿਆਹ 21 ਨੂੰ ਕੰਨਮੈਂ ਚਲੋ ਤੁਸੀਂ ਹਾਂ 93 93 ਤੇ ਸਮਝ ਲਓ ਉਹਦਾ ਵਿਆਹ ਕਰਤਾ ਅੱਛਾ ਤੇ ਫਿਰ ਜਿਹੜਾ ਉਹ ਲੜਕੀ ਦੇ ਘਰ ਵਾਲਾ ਸੀ ਉਹ ਕੀ ਕਰਦਾ ਸੀ ਉਹ ਕਾਰ ਵਾਲਾ ਉਹਦੇ ਜ਼ਮੀਨ ਵੀ ਹੈਗੀ ਹੈ ਜੀ ਉਹਦੇ ਟਰੈਕਟਰ ਵੀ ਹੈ ਆ ਕਾਰ ਵੀ ਹੈ ਮੋਟਰਸਾਈਕਲ ਵੀ ਹੈ ਦੋ ਤਿੰਨ ਅੱਛਾ ਔਰ ਬਾਕੀ ਸਭ ਕੁਝ ਹੈ ਹਾਂ ਤੇ ਪਰ ਉਹ ਮੂਵੀ ਦਾ ਕੰਮ ਵੀ ਕਰਦਾਤਾ ਹਾਂ ਹਾਂ ਤੇ ਪਹਿਲਾਂ ਨਾਲ ਹੀ ਰਹਿੰਦੇ ਸੀ ਉਹਨਾਂ ਦੇ ਨਹੀਂ ਜੀ ਮੈਨੂੰ ਲੈ ਗਿਆ ਹਾਂ ਮੈਨੂੰ ਲੈ ਗਿਆ ਉਸ ਤੋਂ ਬਾਅਦ ਉਸਨੇ ਕੀ ਕਰਿਆ ਕਿ ਨਾ ਪਾਪਾ ਜੀ ਤੇਰਾ ਕਮਰਾ ਇੱਥੇ ਹੀ ਪਾ ਦਾਂਗੇ ਇੱਕ ਰਾ ਦਾਂਗੇ ਹਾਂ ਇਹਦਾ ਆਧਾਰ ਕਾਰਡ ਨਹੀਂ ਬਣਵਾਇਆ ਦੇਖੋ ਮੈਂ ਤੁਹਾਨੂੰ ਦੱਸਦਾ ਮੈਂ ਕੋਈ ਝੂਠ ਨਹੀਂ ਬੋਲਦਾ ਮੈਂ ਸੱਚੀ ਗੱਲ ਦੱਸੂਗਾ ਇਹ ਮੇਰਾ ਸਰੰਦਾਰ ਆਧਾਰ ਇਹ ਆਧਾਰ ਕਾਰਡ ਇਹ ਆਧਾਰ ਕਾਰਡ ਮੇਰਾ ਬਣਵਾਤਾ ਇਹਦਾ ਨਹੀਂ ਬਣਾਇਆ ਕਿਉਂ ਕੀ ਬਤਾਉ ਉਹਦੇ ਦਿਲ ਵਿੱਚ ਕੀ ਤਾਂ ਕਿਹਾ ਨਹੀਂ ਹੈ ਹਾਂ ਮੇਰੇ ਉਹ ਜੋ ਕਾਗਜ਼ ਮਿਲਦਾ ਹੁੰਦਾ ਗੌਰਮਿੰਟ ਦੀ ਤਰਫ ਤੇ ਪਾਪਾ ਜੀ ਤੇਰੀ ਪਿਰਥਨ ਲਵਾ ਦੂੰਗਾ ਤੈਨੂੰ ਕਮਰਾ ਪਾ ਦੂੰਗਾ ਇਹ ਕਰਾਂਗਾ ਇਸ ਤਰ੍ਹਾਂ ਤੇ ਇਸ ਤਰ੍ਹਾਂ ਸੈਨ ਕਰਾ ਕੇ ਮਕਾਨ ਨੂੰ ਵੇਚਦਾ ਮੇਰਾ ਅੱਛਾ ਵੇਚਦਾ ਉਹਨਾਂ ਨੇ ਅੱਗੇ ਉਹਨਾਂ ਨੇ ਬੇਤਾ 6 ਬੰਦੇ ਆ ਉਹਦੇ ਨਾਲ ਉਹ ਦੱਸੇਗਾ ਜਿਸ ਵਕਤ ਜਵਾਈ ਤੋਂਗੇ ਕਿ ਨਾ ਫੇਰ ਪਤਾ ਚੱਲੇਗਾ ਭਈ ਹਾਂ ਵੀ ਆ ਕੰਮ ਕਰਿਆ ਨਹੀਂ ਤੁਸੀਂ ਚਲੋ ਜਵਾਈ ਤਾਂ ਤੁਹਾਡਾ ਫਿਰ ਵੀ ਆਪਾਂ ਕਹਿੰਦੇ ਨੇ ਬਗਾਨਾ ਸੀ ਧੀ ਤਾਂ ਆਪਦੀ ਸੀ ਤੀ ਆਪਦੀ ਸੀਜੀ ਧੀ ਨੂੰ ਤਾਂ ਦੱਸਿਆ ਹੀ ਨਹੀਂ ਉਹਨੇ ਤੀ ਨੂੰ ਤਾਂ ਉਹਨੇ ਕੋਈ ਗੱਲ ਬਾਤ ਦੱਸੀ ਉਹ ਨਹੀਂ ਤੀ ਕਹਿੰਦੀ ਰਹੀ ਤੂੰ ਸਿੱਧੀ ਗੱਲ ਪਾਪੇ ਕਰ ਹੂੰ ਮਾਜੀ ਇਹ ਗੱਲ ਹੈ ਮੈਨੂੰ ਤਾਂ ਮਕਾਨ ਦਾ ਸਿਰਫ ਆਏ 500 ਰੁਪਏ ਲੁਈ ਚ 1231 ਨੰਬਰ ਦਾ 7000 ਰੁਪਏ ਮਿਲਿਆ ਉਹ ਵੀ ਜੁਆਈ ਦੇ ਹੀ ਕੰਮ ਆਇਆ ਮੇਰੇ ਕੰਮ ਨਹੀਂ ਆਇਆ ਬਾਹਰ ਟੁੱਟ ਗਈ ਸੀ 200 ਰੁਪਏ ਦਾ ਤੇਲ ਪਾਉਂਦਾ ਰਿਹਾ ਤਾਂ ਮੇਰੀ ਬਾਹ ਜੜੋਂਣ ਲੱ ਜਾਂਦਾ ਰਿਹਾ ਮੇਰੇ ਜੋਆਈ ਨੇ ਔਰ ਮੇਰੇ ਜੋਆਈ ਦੀ ਮਾਂ ਨੇ ਮੇਰੇ ਗੱਲ ਚੰਗਾ ਨਹੀਂ ਕਰਿਆਗਾ ਸਾਨੂੰ ਧੱਕਾ ਮਾਰ ਕੇ ਕੱਢਿਆ ਹਾਂ ਐਸਾ ਗਰੀਬ ਬੰਦੇ ਆ ਦੇਖੋ ਕਰਦਾ ਮੈਂ ਕਹਿੰਦਾ ਚੋਰੀ ਨਹੀਂ ਕਰਦਾ ਕਿਸੇ ਕਿਸੇ ਨੂੰ ਉਹ ਨਹੀਂ ਮਾੜਾ ਕੰਮ ਨਹੀਂ ਕਰਦਾ ਸਵੇਰੇ ਜਾਂਦਾ ਸ਼ਾਮ ਨੂੰ ਆ ਜਾਂਦਾ ਤੇ ਕਈ ਵਾਰੀ ਫਿਰ ਕੰਮ ਮਿਲ ਜਾਂਦਾ ਜਾਂ ਕਈ ਵਾਰੀ ਨਹੀਂ ਵੀ ਮਿਲਦਾ ਹੁਣ ਨਹੀਂ ਜੀ 100 150 ਰੁਪਏ ਤੇ ਤਾਂ ਗਿਰਦਾ ਹੀ ਨਹੀਂ ਹਨ ਹੇਮਤੀ ਕਿ ਉਹ ਮੈਨੂੰ ਜਾਣਦੇ ਆ ਕਿ ਨਾ ਉਹ ਬਾਬੇ ਉੱਥੇ ਲੱਕੜੀਆਂ ਛੱਡੇ ਛੜੀਆਂ ਥੁੜੀਆਂ ਲੈ ਭਾਈ ਛੱਡੇ ਹੁੰਦਾ ਮੈਨੂੰ ਕੱਪੜੇ ਵੀ ਕੋਠੀਆਂ ਵਾਲੇ ਦੇ ਦਿੰਦੇ ਜੁੱਤੀਆਂ ਵੀ ਕੋਠੀਆਂ ਵਾਲੇ ਦੇ ਦਿੰਦੇ ਤੈਨੂੰ ਮੈਂ ਦੱਸਾਂ ਜਿਹੜੇ ਜਾਣਦੇ ਆ ਕਿ ਨਾ ਵਿਚਾਰੇ ਉਹ ਕਹਿੰਦੇ ਨੇ ਬਾਬਾ ਜੀ ਨੋ ਕਪੜੇ ਲੈ ਜਾਵਾ ਮੈਂ ਮੈਂ ਘਰ ਵਾਲੀ ਨੂੰ ਵੀ ਆ ਕੋਟੀ ਇਹ ਕਪੜੇ ਆ ਕੋਟੀਆਂ ਲੈ ਉਹਨਾਂ ਦੇ ਤੇ ਵੀ ਮੈਂ ਨਵਾ ਸੋਣ ਦੀ ਹਿੰਮਤ ਹੈ ਸਸਤੀ ਕਾ ਬੀ ਸਸਤੀ ਕਾ ਕੀ ਨਾਂ ਹੈ ਤੁਹਾਡਾ ਬੀਨਾ ਜੀ ਅੱਛਾ ਤੇ ਬੀਬੇ ਜਦੋਂ ਇਹ ਫਿਰ ਕਹਾਣੀ ਜਿਵੇਂ ਬਾਬਾ ਜੀ ਸੁਣਾ ਰਹੇ ਆ ਕੋਈ ਤੁਹਾਡੇ ਨਾਲ ਤੇ ਤੁਸੀਂ ਬੇਟੀ ਨੂੰ ਨਹੀਂ ਕਿਹਾ ਵੀ ਬੇਟਾ ਤੈਨੂੰ ਤਾਂ ਵਿਰੋਧ ਕਰਨਾ ਚਾਹੀਦਾ ਹੈਗਾ ਉਹ ਕਹਿੰਦੀ ਮੰਮੀ ਅਸੀਂ ਕੀ ਕਰੀਏ ਕਹਿੰਦੀ ਵੀ ਹੁਣ ਇਹ ਮੈਨੂੰ ਤਾਨੇ ਮਾਰਦੇ ਆ ਤੁਸੀਂ ਇਹ ਮਾਪੇ ਰੱਖੇ ਹੋਏ ਆ ਕੌਣ ਤਾਨੇ ਮਾਰਦਾ ਜਵਾਈ ਤੇ ਉਹਦੀ ਮਾਂ ਤੇ ਮਾਪੇ ਰੱਖਣੇ ਤਾਨੇ ਕਦੋਂ ਤੋਂ ਕਿਉਂ ਹੁੰਦੇ ਆ ਪਤਾ ਨਹੀਂ ਜੀ ਕਿੰਨੇ ਦਿਨਾਂ ਵਾਲੀ ਕੀ ਗੱਲ ਆ ਪਤਾ ਨਹੀਂ ਜੀ ਮਾਪੇ ਤਾਂ ਹੁਣ ਉੱਥੇ ਹੀ ਰਹਿਣਗੇ ਨਾ ਜਿੱਥੇ ਨਣੇ ਰਹਿਣਗੇ ਫਿਰ ਮੇਰੀ ਲੜਕੀ ਰੋਂਦੀ ਰਹੀ ਸੀਗਾ ਭਾਈ ਤੂੰ ਰੋ ਨਾ ਅਸੀਂ ਦੇਖ ਲਨੇ ਆਪਾਂ ਚਲੇ ਜਾਨੇ ਆ ਪਰ ਅਸੀਂ ਅੰਬਖਾਸ ਗੁਰਦਵਾਰੇ ਕੋਲ ਬੈਠੇ ਤੇ ਉੱਥੇ ਸਾਨੂੰ ਇੱਕ ਮੈਡਮ ਛੱਡ ਕੇ ਗਈ ਇੱਥੇ ਛੱਡ ਕੇ ਗਈ ਕੌਣ ਛੱਡ ਕੇ ਗਈ ਮੈਡਮ ਇੱਕ ਮੈਡਮ ਟੀ ਅੱਛਾ ਅੱਛਾ ਉਹ ਸਾਨੂੰ ਇੱਥੇ ਜੀ ਮੇਰੇ ਕੋਲ ਨਹੀਂ ਨਹੀਂ ਕੋਈ ਗੱਲ ਨਹੀਂ ਉਹ ਛੱਡ ਕੇ ਗਈ ਮੈਨੂੰ ਸਾਨੂੰ ਇੱਥੇ ਹਾਂ ਹਾਂ ਹਾਂਜੀ ਹਾਂ ਤੇ ਇੱਥੇ ਹੁਣ ਕਿੰਨੀ ਦੇਰ ਤੋਂ ਤੁਸੀਂ ਸਾਨੂੰ 2 ਮਹੀਨੇ ਹੋ ਗਏ ਜੀ 2 ਮਹੀਨੇ ਹੋ ਗਏ ਤੇ 2 ਮਹੀਨਿਆਂ ਚ ਤੁਹਾਡੇ ਜਵਾਈ ਨੇ ਜਾਂ ਤੁਹਾਡੀ ਧੀ ਨੇ ਇੱਕ ਵਾਰੀ ਤੁਹਾਨੂੰ ਫੋਨ ਵੀ ਆ ਕਿ ਨਾ ਜੀ ਨਹੀਂ ਨਾ ਜੀ ਸਾਨੂੰ ਸਾਢੇ ਕੋਲ ਫੋਨ ਨਹੀਂ ਆ ਨਾ ਮੈਂ ਫੋਨ ਕਰਨ ਜਾਣਦਾ ਨਾ ਮੈਂ ਫੋਨ ਰੱਖਿਆ ਕਦੇ ਨਾ ਫੋਨ ਹੈਗਾ ਹੈ ਕਿੱਥਾ ਹੀ ਨਹੀਂ ਉਹਨੇ ਨਾ ਐਸੀ ਕਰਿਆ ਉਹਦੇ ਕੋਲ ਕੋਈ ਲੱਭਣ ਦੀ ਜਾਂ ਹੋਰ ਕੋਈ ਨਹੀਂ ਲੱਗਦਾ ਵੀ ਹਨਾ ਛੋਟੇ ਬੰਦਾ ਭਾਲਦਾ ਭਾਲਦਾ ਹੀ ਆ ਜਾਂਦਾ ਨਾ ਜੀ ਐ ਕਿ ਹੋ ਜਾਂਦੇ ਆ ਲੋਕ ਪੱਥਰੀ ਪਤਾ ਨਹੀਂ ਜੀ ਬਾ ਜੀ ਤੋ ਹੁਣ ਕੀ ਕਰੀਏ ਬਸ ਜਦੋਂ ਇਹ ਦੁਨੀਆ ਦੇ ਵਿੱਚ ਰੁਪਈਏ ਹੀ ਰਹਿ ਗਿਆ ਹੋਰ ਤਾਂ ਕੁਝ ਨਹੀਂ ਰਹਿ ਗਿਆ ਤੁਸੀਂ ਬੇਟੀ ਨੂੰ ਪੜਾਇਆ ਬੇਟੀ ਨੂੰ 5 ਕਲਾਸਾਂ 500 ਰੁਪਏ ਪੜਾਇਆ ਜੀ ਮੈਂ ਠੀਕ ਆ 5 ਕਲਾਸਾਂ ਪੜਨ ਤੇ ਬਾਅਦ ਬੇਟੀ ਕਹਿੰਦੀ ਪਾਪਾ ਜੀ ਮੈਂ ਨਹੀਂ ਪੜਨਾ ਮੈਂ ਕਿਹਾ ਪੁੱਤ ਨਹੀਂ ਪੜਨਾ ਹਾਂ ਤੇਰੀ ਮਰਜ਼ੀ ਹਾਂ 5 ਕਲਾਸਾਂ ਮੇਰੀ ਬੇਟੀ ਪੜੀ ਹੈ ਹਾਂ 5 ਕਲਾਸਾਂ ਮੈਂ ਪੜਾਇਆ ਤਾਂ ਬੇਟੀ ਮੇਰੀ ਬਥੇਰੀ ਚੰਗੀ ਹੈ ਬੇਟੀ ਨੂੰ ਮੈਂ ਮੜਾ ਨਹੀਂ ਕਹਿਣਾ ਹੁਣ ਬੇਟੀ ਨੇ ਵੀ ਆਪਣਾ ਟਾਈਮ ਕੱਟਣਾ ਜੇ ਮੈਂ ਉਹਨਾਂ ਦੇ ਗੱਲ ਕਰਦਾ ਮੈਨੂੰ ਡਰ ਆ ਮੈਂ ਹੁਣ ਮੇਰੇ ਕੋਲ ਅੱਗਾ ਪਿੱਛਾ ਤਾਂ ਹੈ ਨਹੀਂ ਕੋਈ ਵੀ ਹਾਂ ਬਈ ਮੇਰੀ ਬੇਟੀ ਨੂੰ ਕਿਤੇ 19 21 ਨਾ ਕਰ ਦਵੇ ਇਸ ਕਰਕੇ ਮੈਂ ਉਹਦੇ ਤੇ ਕੇਸ ਨਹੀਂ ਕਰ ਰਿਹਾ ਹਾਂ ਨਹੀਂ ਮੈਂ ਮੁਹਾਲੀ ਡੀਸੀ ਦੇ ਪਾਸ ਜਾ ਕੇ ਉਹਦੇ ਤੇ ਕੇਸ ਕਰ ਦਵਾਂ ਉਹ ਤਾਂ ਪੁੱਟ ਪੁੱਟ ਦੱਸੇਗਾ ਬਈ ਹਾਂ ਮੈਂ ਆਹ ਕੰਮ ਕਰਿਆ ਆਹ ਕਰਿਆ ਪਰ ਮੈਂ ਨਹੀਂ ਬੇਟੀ ਬੇਟੀ ਦੇ ਮਾਰੇ ਇੱਕੋ ਆ ਮੇਰਾ ਕਿਆ ਹੈ ਪ੍ਰਾਣ ਪਤਾ ਨਹੀਂ ਕਾਨੂੰਨ ਵੀ ਬਣਿਆ ਹੋਇਆ ਹਾਂਜੀ ਕੋਈ ਵੀ ਬੱਚੇ ਇਨਕਾਰ ਨਹੀਂ ਕਰ ਸਕਦੇ ਹਾਂਜੀ ਮਾਪੇ ਨੂੰ ਸਾਂਭਣ ਤੋਂ ਹਾਂਜੀ ਪਰ ਜਿਹੜੀ ਗੱਲ ਤੁਸੀਂ ਦੱਸ ਰਹੇ ਹੋ ਉਹ ਤਾਂ ਫਿਰ ਗੱਲ ਹੀ ਵੱਖਰੀ ਹੋ ਗਈ ਨਾ ਵੀ ਬੇਟੀ ਤੇ ਕੋਈ ਐਕਸ਼ਨ ਨਾ ਹੋ ਜੇ ਮੈਂ ਬੇਟੀ ਤੇ ਐਕਸ਼ਨ ਤੇ ਮੈਂ ਉਹ ਮੇਰੇ ਇੱਕੋ ਤਾਂ ਹੈ ਜੀ ਬਸ ਉਸੇ ਦਾ ਤਾਂ ਮੈਨੂੰ ਡਰ ਖਾਂਦਾ ਵੀ ਮੇਰੀ ਬੇਟੀ ਨੂੰ ਕਰਤਾ ਗਲਤ ਸੁਣੋ ਮੈਂ ਕਿੱਥੇ ਫਿਰ ਮੁਕਦਮੇ ਕਰਦਾ ਫਿਰੂੰਗਾ ਮੇਰੇ ਕੋਲ ਤਾਂ ਪੈਸਾ ਵੀ ਨਹੀਂ ਹੈ ਮੇਰੀ ਬੇਟੀ ਨੂੰ ਕੋਟਕੇ ਕਢ ਦਵੇਂ ਹੂੰ ਜੇ ਮੈਂ ਕੋਈ ਉਧੇ ਪਰ ਰੈਕਸ਼ਨ ਕਰਿਆ ਹਾਂ ਮੇਰੀ ਬੇਟੀ ਨੂੰ ਕੋਟਕੇ ਕਢ ਦਵੇਂ ਐਜਾ ਇਹ ਗੱਲ ਕਰਕੇ ਬਸ ਇਸ ਗੱਲ ਕਰਕੇ ਸ਼ਾਂਤ ਹੋ। ਬਸ ਸ਼ਾਂਤ ਹੈ ਵੀ ਚੁੱਪ ਹੈ ਜਿਹੜੇ 2-4 ਸਾਲ ਹੈਗੇ ਤੇਰੇ ਘਟ ਲਾ। ਪਰ ਬਾਬਾ ਜੀ ਐਂ ਜ਼ਿੰਦਗੀ ਕਿਵੇਂ ਨਿਕਲੂਗੀ ਹੁਣ ਇਹ ਤਾਂ ਇੱਥੇ ਜ਼ਿੰਦਗੀ ਤਾਂ ਹੁਣ ਬਾਉ ਜੀ ਜਾਣਦਾ ਇੱਕ ਦਿਨ ਨਿਕਲਣੀ ਹੋ। ਜ਼ਿੰਦਗੀ ਨਿਕਲ ਜਾਣੀ ਹੁਣ ਜਿਸ ਤਰ੍ਹਾਂ ਖਾਂਦੇ ਪੀਂਦੇ ਕਿਹ ਆ ਪਤਾ ਕਿੱਧਰ ਮਰ ਜਾਣਾ ਕਿੱਧਰ ਨਹੀਂ ਮਰ ਜਾਣਾ ਗੱਲ ਸੁਣੋ ਇਹ ਕਿਸੇ ਨੂੰ ਕੋਈ ਪਤਾ ਨਹੀਂ ਹੈ। ਜ਼ਿੰਦਗੀ 'ਚ ਕਦੇ ਸੋਚਿਆ ਸੀ ਵੀ ਅਖੀਰ ਤੇ ਆ ਦੇਣਾ ਇਹ ਦੇਖਣੇ ਪੈਣਗੇ। ਹਾਂਜੀ ਜ਼ਿੰਦਗੀ 'ਚ ਕਦੇ ਸੋਚ ਕਦੇ ਵੀ ਨਹੀਂ ਤਾਂ ਸੋਚਿਆ। ਚੰਗੇ ਦਿਨ ਵੀ ਦੇਖੇ ਬਹੁਤ ਆ ਬਹੁਤ ਚੰਗੇ ਦਿਨ ਦੇਖੇ ਚੰਗੇ ਦਿਨ ਕਿਹਾ ਦੇਖੇ ਮੈਂ ਸਭ ਦੀ ਮਦਦ ਕੀਤੀ ਆ ਕਿਸੇ ਦਾ ਬੁਰਾ ਨਹੀਂ ਕਰਿਆ ਜੀ ਕਿਸੇ ਦਾ ਵੀ ਬੁਰਾ ਨਹੀਂ ਕਰਿਆ ਅੱਜ ਤੱਕ ਕੋਈ ਕਹ ਦੂ ਸਭ ਦਾ ਚੰਗਾਈ ਕਰਿਆ ਜੇ ਗੱਲ ਸੁਣ ਮੇਰੇ ਕੋਲ ਦੋ ਰੋਟੀਆਂ ਕਣਾਂ ਉਹਦੇ ਚੋਂ ਇੱਕ ਰੋਟੀ ਅਗ ਲੈ ਲੈਂਦੇ ਤੇ ਇੱਕ ਰੋਟੀ ਆਪ ਖਾਦੀ ਐ ਐਜਾ ਕੋਈ ਨਹੀਂ ਕਰਿਆ ਮੜਾ ਕੰਮ ਨਹੀਂ ਕਰਿਆ ਕੋਈ ਕਿਸੇ ਦੀ ਚੋਰੀ ਨਹੀਂ ਕੀਤੀ ਕਿਸੇ ਦੀ ਠੱਗੀ ਨਹੀਂ ਕੀਤੀ ਪਰ ਰੱਬ ਨੇ ਬਸ ਦੇਖ ਲੈ ਕਿਹੜੀ ਲਕੀਰ ਪਰ ਖੜੇ ਕਰਤਾ ਸਾਨੂੰ। ਕੀ ਕਰੀਏ ਪੁੱਤੋ? ਜੋ ਬੀਤਣੀ ਐ ਬੀਤ ਗਈ ਬਸ ਹੁਣ। ਹੁਣ ਤਾਂ 2-4 ਸਾਲਾਂ ਨੇ ਮੇਰੀ ਮਾਂ ਅਜੇ ਜ਼ਿੰਦਾ ਥੀ। ਕੱਲ ਮੇਰਾ ਭਨੋਈ ਆਇਆ ਵਾ ਤਾਂ ਇੱਥੇ। ਅੱਛਾ। ਮੇਰੀ ਬਨਾਉ ਮੇਰੇ ਗੱਲ ਬੋਲਿਆ ਐ ਬੈਰੀਅਲ ਪਰ ਮੌਲੀ ਪਰ। ਅੱਛਾ। 3 ਬਲੀ ਨਾਮ ਐ ਬੋਲਿਆ। ਉਹਦਾ ਇੱਥੇ ਆਉਣ ਦਾ ਮਤਲਬ ਨਹੀਂ ਤਾਂ ਮਾਤਾ ਮੇਰੀ ਦੀ ਜ਼ਬਾਨ ਬੰਦ ਹੋ ਗਈ ਜੀ। ਗੱਲ ਜੀ ਉਦੀ ਮਾਤਾ ਦੀ ਜਗਾ ਜੁਗਾ ਵੀ ਪਣੂਈਏ ਨਹੀਂ ਖਾਈਦੀ ਐ ਪੈਣ ਨੇ ਸਭ ਕੁਝ ਖਾ ਲਿਆ ਤਿੰਨ ਪਾਈਆਂ ਦੀ ਕੋ ਬਣਤੀ ਉਹਨੇ ਉਹਨੇ ਵੀ ਰਗੜਾ ਲਾਤਾ ਔਰ ਜੋਈ ਨੇ ਵੀ ਰਗੜਾ ਲਾਤਾ ਬਸ ਇਹ ਰਗੜੇ ਵੀ ਬੈਠੇ ਅਸੀਂ ਦੋਹੇ ਮਾਲਕ ਤੀਮੀ ਜਿੱਥੇ ਮਰਦੀ ਸਾੜਾ ਬੋ ਕਰਾ ਲਓ ਪੋੜ ਸਟੇ ਸਣ ਲੈ ਜਾਓ ਚਾਹੇ ਜਿੱਥੇ ਮਰਦੀ ਲੈ ਜਾਓ ਚਾਹੇ ਸੀ ਇਹ ਟਾਪ ਲੈ ਜਾਓ ਸਾੜਾ ਸਾੜਾ ਹਾਲ ਪੁੱਛ ਰੋ ਬੀ ਅਸੀਂ ਅਸੀਂ ਬੱਬਈ ਕੌਣ ਹੁੰਨੇ ਆ ਉਹ ਬਈ ਦਿਲ ਕਿਆ ਸਾਡਾ ਦਿਲ ਕਿਆ ਪਰ ਫਿਰ ਵੀ ਮੈਂ ਹਿੰਮਤ ਨਹੀਂ ਹਾਰਦਾ ਬੁਢਾ ਹੋ ਗਿਆ ਚਾਹੇ ਹਿੰਮਤ ਨਹੀਂ ਹਾਰਦਾ ਮੈਂ ਇਹ ਸੋਚਦਾ ਬਈ ਮੇਰੇ ਨਾਲੋਂ ਪਹਿਲਾਂ ਮੇਰੀ ਔਰਤ ਮਰ ਜਾਏ ਮੈਂ ਇਹਦਾ ਆਪਣੇ ਹੱਥ ਨਾਲ ਸੰਸਕਾਰ ਕਰ ਦਵਾਂ ਜੇ ਮੈਂ ਮਰ ਗਿਆ ਇਹਨੂੰ ਕੌਣ ਪੁੱਛੇਗਾ ਪਿੱਛੇ ਤੇ ਤੱਕੇ ਖਾਏਗੀ ਇਹ ਰੂਲੇ ਮੈਂ ਕਹਿੰਦਾ ਵੀ ਮੇਰੇ ਤੇ ਪਹਿਲਾਂ ਇਹ ਮਰਦ ਬੇ ਇੱਥੇ ਬਾਜ਼ ਮੈਂ ਮਰਾਂ ਇਹਦਾ ਸਭ ਕੁਝ ਕਰਕੇ ਕਿ ਨਾ ਮੈਨੂੰ ਚਾਹੇ ਪੁਲਿਸ ਵਾਲੇ ਪੁੱਛੇ ਚਾਹੇ ਕੋਈ ਵੀ ਪੁੱਛੇ ਦੁਖੀ ਹੈ ਬਾਈ ਬਹੁਤ ਇੱਥੇ ਆ ਕੇ ਤੁਸੀਂ ਹੋਰ ਲੋਕਾਂ ਨੂੰ ਵੀ ਮਿਲੇ ਹੋ ਉਹਨਾਂ ਦੀ ਵੀ ਕਹਾਣੀ ਤੁਹਾਡੇ ਅਰਗੀ ਆ ਜੀ ਹਾਂ ਜੀ ਕਹਾਣੀ ਨਹੀਂ ਲੋਕ ਵਿਚਾਰੇ ਬਹੁਤ ਚੰਗੇ ਚੰਗੇ ਆਉਂਦੇ ਇੱਥੇ ਇਹ ਜੀ ਕੋਈ ਗੱਲ ਨਹੀਂ ਹੈ ਨਹੀਂ ਮਤਲਬ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਜਿਹੜੇ ਲੋਕ ਆ ਇੱਥੇ ਰਹਿਣ ਬਸੇਰੇ ਚ ਹੋਰ ਵੀ ਰਹਿੰਦੇ ਆ ਹਾਂਜੀ ਉਹਨਾਂ ਦੀ ਵੀ ਜ਼ਿੰਦਗੀ ਚ ਦਰਦ ਆ ਦੇਖੋ ਕਿੰਨਾ ਹਨਾ ਦੋ ਭਰਾਵਾਂ ਦੀ ਕਹਾਣੀ ਆ ਸਾਰੀ ਦੁਨੀਆ ਹੀ ਦੁਖੀ ਪਈ ਡਰਤਾ ਹੈਗੀ ਆ ਜੀ ਬਸ ਡਰਤਾ ਹੈ ਉਹ ਇਹ ਜ਼ਿੰਦਗੀ ਜੋ ਹੁਣ ਦਿੱਤੋ ਕਰੀਏ ਕਿਹਾ ਦਾ ਕਰਨਾ ਕੀ ਕਰੀਏ ਜੇ ਖਾਸ ਕੇ ਲੰਦੇ ਬੋਲ ਪੈਂਦੇ ਫਿਰ ਵੀ ਅਗਲਾ ਸੋਚਦਾ ਵੀ ਇੰਨਾ ਦੁਖੀ ਹੈ ਹਾਂ ਮੈਂ ਫੇਰ ਵੀ ਇਹ ਮੈਨੂੰ ਦੁੱਖ ਨਹੀਂ ਕਿਸੇ ਗੱਲ ਦਾ ਇਹਨੂੰ ਕਿਸੇ ਗੱਲ ਦਾ ਦੁੱਖ ਨਹੀਂ ਹੁਣ ਹੁਣ ਗੱਲ ਸੁਣ ਦੁਖੀ ਹੋ ਕੇ ਜ਼ਿੰਦਗੀ ਵੀ ਕਾਗਜ਼ਾਰ ਨਹੀਂ ਥੋੜਾ ਬਹੁਤਾ ਕਿਸੇ ਗੱਲ ਬੋਲਣਾ ਚੱਲਣਾੰਦੀ ਹੱਸਣਾ ਤੁਣਾ ਵੀ ਚਾਹੀਦਾ ਪਤਾ ਬੰਦੇ ਦੀ ਲੋ ਕਿਸੇ ਨੂੰ ਤੀ ਪਹਿਣ ਕਿਸੇ ਨੂੰ ਮਾਂ ਪਹਿਣ ਕਿਸੇ ਨੂੰ ਪਹਿਣ ਪਾਈ ਵੀ ਬਣਾਉਣਾ ਮੜਾ ਮੋਟਾ ਚਾਹੀਦਾ ਹੀ ਨਹੀਂ ਲੱਗਦਾ ਕੰਮ ਬਸ ਬੇਬੇ ਬਾਬੇ ਨੇ ਤਾਂ ਆਪਦੀ ਕਹਾਣੀ ਦੱਸਤੀ ਫਿਰ ਤੁਸੀਂ ਸਾਰਾ ਦਿਨ ਇੱਥੇ ਰਹਿੰਦੇ ਹੋ ਇੱਥੇ ਰਹਿੰਦੇ ਜੀ ਅਸੀਂ ਹਾਂਜੀ ਤੇ ਖਾਣਾ ਫਿਰ ਕਿਵੇਂ ਤੁਸੀਂ ਹਾਂ ਅੱਡੇ ਹੀ ਖਾ ਲੈਂਦੇ ਆ ਇਹ ਲੈਂਦੇ ਆ ਕਦੀ ਖਾ ਲੰਨੇ ਕਰੇ ਨਹੀਂ ਜਿੱਦੇ ਫਿਰ ਨਹੀਂ ਲਿਆਉਂਦੇ ਉਦਦੇ ਕੀ ਕਰਦੇ ਹੋ ਉਦੋਂ ਗੁਰਦੁਆਰੇ ਚਲੇ ਜਾਂਦੇ ਆ ਕਿਹੜੇ ਕਿਹੜੇ ਗੁਰਦੁਆਰੇ ਆਜੇ 6 ਫੇਸ 6 ਫੇਸ ਸਾਹਿਬ ਜੀ ਹਾਂ ਅੱਛਾ ਉੱਥੇ ਲਿਆ ਕੇ ਖਾ ਲੈਂਦੇ ਆ ਪਰ ਮੈਂ ਇਹ ਜਾਨਣਾ ਚਾਹਣਾ ਤੁਹਾਡੇ ਤੋਂ ਵੀ ਪੁੱਛਣਾ ਵੀ ਚਾਹਣਾ ਹਾਲਾਂਕਿ ਮੇਰਾ ਬਿਲਕੁਲ ਦਿਲ ਨਹੀਂ ਕਰਦਾ ਤੁਹਾਡੇ ਹਨਾ ਦਿਲ ਦਿਖਾਉਣ ਨੂੰ ਮੇਰਾ ਪਰ ਗੱਲ ਇਹ ਹੁੰਦੀ ਹੈ ਕਿ ਅਸੀਂ ਜੇ ਦੱਸਾਂਗੇ ਮੈਨੂੰ ਲੱਗਦਾ ਵੀ ਜਿਹੜੇ ਲੋਕ ਦੇਖ ਰਹੇ ਆ ਉਹ ਅਹਿਸਾਸ ਹੀ ਕਰ ਲੈਣ ਕਿ ਕੀ ਬੀਤੇ ਦੀ ਆ ਇੱਕ ਦਿਨ ਬੁਢੇ ਤਾਂ ਉਹਨਾਂ ਨੇ ਵੀ ਹੋਣਾ ਹੋਊਗਾ ਜੀ ਜਿਹੜਿਆਂ ਨੇ ਅੱਜ ਐਂ ਕਰਿਆ ਹਨਾ ਜਿਹੜਿਆਂ ਨੇ ਕੰਡੇ ਬੀਜਿਆ ਫੁੱਲ ਲੱਭ ਲੈਣਗੇ ਉਹ ਕਿੱਥੇ ਫੁੱਲ ਲੱਭੂਗੇ ਕੰਡਿਆਂ ਨੂੰ ਤਾਂ ਕੰਡੇ ਹੀ ਮਿਲਣਗੇ ਗੱਲ ਤੋਂ ਫੁੱਲ ਤਾਂ ਲੱਪਣੇ ਨਹੀਂ ਹੈ ਦੇਖੋ ਆਤਮਰ ਰੋ ਰਹੀ ਹੈ ਇਸ ਵਾਰ ਵੀ ਕਿਤੇ ਦੇ ਕੋ ਮੈਂ ਇਨਾ ਕੰਮ ਕਰਦਾ ਤਾਂ ਘਰ ਦਾ ਡੰਗਰਾਂ ਦਾ ਵੀ ਇੱਕ ਨੌਕਰ ਵੀ ਬੰਦਾ ਰੱਖੇ ਜੇ ਮੇਰੇ ਜਵਾਈ ਮੈਨੂੰ ਨੌਕਰ ਦੀ ਤੌਰ ਤੇ ਵੀ ਸਮਝ ਲੈਂਦਾ ਤੇ ਰੋਟੀ ਪਰ ਉਹਨੂੰ ਮਹਿੰਗਾ ਨਹੀਂ ਤਾਂ ਰੋਟੀ ਪਰ ਮਹਿੰਗਾ ਨਹੀਂ ਤਾਂ ਤੜਕੇ ਇੱਧਰ ਜਿੰਨੂ ਮਰਜ਼ੀ ਪੁੱਛ ਲੋ ਮੈਂ 4 ਵਜੇ ਉੱਠ ਖੜਦਾ ਜਿਸ ਭਗਤ ਭਾਈ ਜੀ ਬੋਲਦਾ ਬਹਿਰ ਜਾਣਾ ਚਾਹ ਬਣਾਉਣੀ ਪੀਣਾ ਆਪਣਾ ਜਿਸ ਭਗਤ ਸਾਢੇ 4 ਹੋ ਜਾਣੇ ਮੈਂ ਆਪਣੀ ਰੇੜੀ ਚੱਕਣੀ ਸਬਜ਼ੀ ਮੰਡੀ ਤੇ ਨੂੰ ਲੰਘ ਜਾਣਾ 20 50 ਦਾ ਮੈਨੂੰ ਉੱਥੇ ਤੇ ਗੇੜਾ ਮਿਲ ਜਾਂਦਾ ਤਾਂ ਚੱਲ ਬਾਕੀ ਉੱਤੇ ਬਾਅਦ ਫੇਰ ਸਬਜ਼ੀ ਮੰਡੀ ਜਾ ਜਾਣਾ ਜੇ ਮਿਲ ਗਿਆ ਮਿਲ ਗਿਆ ਨਹੀਂ ਫਿਰ ਮੈਂ 41 ਵਾਲੀ ਫਰਨੀਚਰ ਮਾਰਕੀਟ ਤੇ ਰੇੜੀ ਲਗਾ ਦੂੰ ਉੱਥੇ ਤੇ ਗੇੜਾ ਮਿਲ ਗਿਆ 150 ਦਾ ਮਿਲ ਗਿਆ ਨਹੀਂ ਮਿਲ ਗਿਆ ਨਾ ਸਹੀ ਮੇਰੀ ਰੇੜੀ ਵੀ ਖਰਾਬ ਹੈ ਰੇੜੀ ਨੂੰ ਕੀ ਹੋਇਆ ਵਾ ਕਿਵੇਂ ਖਰਾਬ ਕੀਆ ਰੇੜੀ ਦਾ ਕੱਲ ਪਰਸੋਂ ਤਾਂ ਟਾਇਰ ਟੂਰ ਪਵਾ ਲਿਆ ਮੈਂ ਫੱਟੇ ਫੱਟੇ ਅਗਣਾ ਟੁੱਟੇ ਪਏ ਦੋ ਦੋ ਫੱਟੇ ਟੁੱਟੇ ਪਏ ਕੋਈ ਨਹੀਂ ਉਹ ਤਾਂ ਕਰ ਦਾਂਗੇ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਮਾਰੀ ਨਹੀਂ ਨਹੀਂ ਐਡੀ ਵੀ ਗੱਲ ਨਹੀਂ ਬਾਬਾ ਪਰਵਾਹ ਨਾ ਕਰ ਤਾਂ ਐ ਤਾਂ ਮੈਂ ਮਾਰਦਾ ਨਹੀਂ ਹੈ ਇਹਨੂੰ ਮਰਨ ਵੀ ਨਹੀਂ ਦੇਣਾ ਇਹੋ ਜੀ ਵੀ ਨਹੀਂ ਗੱਲ ਤੈਨੂੰ ਹੁਣ ਵੀ ਨਹੀਂ ਦਿੰਦੇ ਛਿਦੀ ਛਿਦੀ ਕੋਈ ਨਹੀਂ ਅਸੀਂ ਜਿੰਨੇ ਵੀ ਲੋਕ ਦੇਖ ਰਹੇ ਆ ਮੈਂ ਇਹ ਗੱਲ ਬਿਲਕੁਲ ਆਪਾਂ ਹਣਾ ਸਾਰਿਆਂ ਨੂੰ ਹੀ ਦੱਸਦੇ ਆਂ ਵੀ ਪਹਿਲੀ ਗੱਲ ਤਾਂ ਤੂੰ ਹੌਸਲਾ ਰੱਖਿਆ ਏ ਬਹੁਤ ਵੱਡੀ ਗੱਲ ਆ ਹਾਂ ਘਰ ਕੰਨੀ ਤੇ ਤਾਂ ਹੌਸਲਾ ਟੈ ਗਿਆ ਜਮਈ ਨਾ ਤੇ ਕੰਨੀ ਤੇ ਵੀ ਟੈ ਗਿਆ ਭੈਣ ਕੰਨੀ ਤੇ ਵੀ ਟੈ ਗਿਆ ਭਨੋਈਆਂ ਕੰਨੀ ਸਿਰਫ ਅਸੀਂ ਦੋ ਏ ਜੀ ਹੈ ਮਰੀਏ ਚਾਹੇ ਜੀਏ ਜੋ ਮਰਦੀ ਹੋ ਜਮੇ ਜਦ ਤੱਕ ਜਿੰਦਾ ਇਹਨੂੰ ਤਾਂ ਰੋਟੀ ਦੇਣੀਓ ਦੇਣੀ ਮੈਂ ਇਹਦੇ ਕਦੇ ਗਾਹ ਆਏਗਾ ਨਾ ਇਹਦਾ ਭੈਣ ਨਾ ਭਾਈ ਹੈ ਨਾ ਮਾਂ ਹੈ ਨਾ ਬਾਪ ਹੈ ਨਾ ਕੋਈ ਹੈ ਇਹਨੂੰ ਮੈਂ ਸਾਰੀ ਜ਼ਿੰਦਗੀ ਲਾ ਗਈ ਤੇ ਨਾਲੇ ਇਹਨੂੰ ਕਿੱਥੇ ੱੱਕਾ ਦੇ ਦਮਾਂ ਮੈਂ ਉਮਰ ਬੀਤ ਗਈ ਇਕੱਠਿਆਂ ਦੀ ਇਕੱਠਿਆਂ ਦੀ ਹੁਣ ਇਹਨੂੰ ੱੱਕਾ ਦੇ ਦਮਾਂ ਮੈਂ ਬਈ ਜਾਂ ਤੂੰ ਮੈਂ ਤਾਂ ਆਪਣਾ ਲੰਗੋਟੀ ਲਾ ਕੇ ਕਿਸੇ ਡੇਰੇ 'ਚ ਬੈਠ ਜਾਂਦਾ ਇਹਨੂੰ ਕਿੱਥੇ ਜਵਾਬ ਦੇ ਦਮਾਂ ਮੈਂ ਰੋਟੀ ਦਊਂਗਾ ਜਦ ਤੱਕ ਜਾਣ ਤੇ ਜਾਣ ਹੈ ਇਹ ਮੈਨੂੰ ਆਪਣੀ ਨੂੰ ਰੋਟੀ ਦਊਗਾ ਇਹਨੂੰ ਮੈਂ ਗਰੀਬਣੀ ਨੂੰ ਕਿੱਥੇ ਮੈਂ ਵੀ ਗਰੀਬ ਆ ਗਲਤ ਹੁਣ ਇਹ ਵੀ ਗਰੀਬਣੀ ਉਹ ਗਲਤ ਆ ਸੋ ਮੈਂ ਇਹਨੂੰ ਕਿੱਥੇ ਸੱਟਾਂ ਕੱਲਾ ਤਾਂ ਬੰਦਾ ਜਿੱਥੇ ਮਰਜ਼ੀ ਪਿਆ ਜਾਵੇ ਜਿੱਥੇ ਮਰਜ਼ੀ ਸੌ ਜਾਵੇ ਜਿੱਥੇ ਮਰਜ਼ੀ ਰੋਟੀ ਖਾ ਲਵੇ ਕੱਲੇ ਬੰਦੇ ਦੀ ਤਾਂ ਕੀ ਸਮੱਸਿਆ ਸ਼ਾਮ ਨੂੰ ਆਪਣੇ ਆਲੇ ਨੇ ਚ ਜ਼ਰੂਰ ਆ ਜੀਦਾ ਇੱਥੇ ਭਾਈ ਜਹੇ ਜੀ ਰੁੱਕੀ ਮਿੱਸੀ ਬਣਾਉਣੀ ਬਣਾ ਕੇ ਖਾ ਲਈ ਦੀ ਹੈ ਬੌਜੀ ਮਤ ਮੇਰੀ ਬਹੁਤ ਲੰਬੀ ਕਹਾਣੀ ਆ ਤੁਹਾਨੂੰ ਜੇ ਤੁਸੀਂ ਮੇਰੀ ਕਹਾਣੀ ਸੁਣੂਗੇ ਕਿ ਨਾ ਤੁਸੀਂ ਕਹੋਗੇ ਵੀ ਐ ਤਾਂ ਸੁਣਾ ਦਿਓ ਸਾਨੂੰ ਕੀ ਨਹੀਂ ਮੈਂ ਤਾਂ ਮੁੜ ਤਈ ਕਿ ਨਾ ਮੁੜ ਤਈ ਬੇਕਾਰ ਆਦਮੀ ਹੂੰ ਬੇਕਾਰ ਆਏ ਆ ਤਿੰਨ ਭਾਈ ਤੇ ਅਸੀਂ ਲੋਕਾਂ ਦੀਆਂ ਖੋਲੀਆਂ ਸਾਫ ਕਰਕੇ ਪੜੇ ਪੜ ਕੇ ਆਪਣਾ ਕੰਮ ਕਰਨ ਲੱਗੇ ਤਦੋਂ ਵਕਤ ਦੀ ਮਾਰ ਪੈਂਦੀ ਆ ਨਾ ਬੰਦੇ ਤੇ ਫਿਰ ਉਹ ਕਿਸੇ ਦਾ ਮੈਂ ਨਾ ਬੰਦੇ ਆਪੇ ਹੀ ਮਾਰੇ ਵਕਤ ਹੀ ਮਾਰੇ ਹੀ ਕਰ ਦਿੰਦਾ ਇਹ ਵੀ ਇਹੋ ਜਿਹਾ ਵਕਤ ਨਹੀਂ 18 ਸਾਲ ਕੁੜੀ ਪਾਲੀ ਐ 18 19 ਸਾਲ ਕੁੜੀ ਪਾਲੀ ਮੈਨੂੰ ਨਾ ਰੱਖੇ ਆਪਣੀ ਮਾਂ ਨੂੰ ਤਾਂ ਰੋਟੀ ਦੇ ਸਕਦੀ ਐ ਆਪਣੀ ਮਾਂ ਨੂੰ ਤਾਂ ਕਹਿ ਸਕਦੀ ਮਮੀ ਇੱਥੇ ਰਹ ਮੈਨੂੰ ਨਾ ਰੱਖੇ ਮੈਂ ਤਾਂ ਕਰਦਾ ਮੈਂ ਇਹਨੂੰ ਜਦ ਕੁੜੀ ਦੇ ਕੋਲੇ ਰਹਿੰਦੀ ਸੀ ਮੈਨੂੰ 1000 ਰੁਪਇਆ ਆ 1500 ਰੁਪਇਆ ਹਫਤੇ ਬਾਅਦ ਇਹਨੂੰ ਦੇ ਕੇ ਆਉਂਦਾ ਤਾਂ ਅੱਛਾ ਤੁਸੀਂ ਕਦੋਂ ਰਹੇ ਕਿੱਥੇ ਰਹਿੰਦੇ ਸੀ ਉਦੋਂ ਫਿਰ ਮੈਂ ਅੰਬ ਸਾਹਿਬ ਗੁਰਦੁਆਰੇ ਅੱਛਾ ਮੇਰੇ ਕੋਲ ਪਰਚੀਆਂ ਪਈਆਂ ਰੇੜੀ ਖੜਾਉਣੀ ਕਦੇ ਸੋਹਣਾ ਗੁਰਦੁਆਰੇ ਚ ਬਾਬਾ ਦੀਪ ਸਿੰਘ ਦੇ ਉਹ ਹਨੂਮਾਨ ਦੇ ਚ ਪਹੁੰਚਣਾ ਵਿਚਾਰੇ ਮੈਨੂੰ ਚਾਬੀ ਦੇ ਦਿੰਦੇ ਬਾਬਾ ਗੇਟ ਖੋਲ ਲੈ ਆਪਣਾ ਛੇੜਾ ਜਾ ਕੇ ਪਹੁੰਚਾਂ ਅੰਬ ਸਾਹਿਬ ਤੇ ਫਿਰ ਮੇਰਾ ਸਾਈਕਲ ਚੋਰੀ ਹੋ ਗਿਆ ਅੱਛਾ ਏ ਲੰਗਰ ਹਾਲ ਦੇ ਦੇ ਨੇੜੇ ਤੇ ਐ ਲੰਗਰ ਹਾਲ ਦੇ ਤੇ ਮੂਰੇ ਜੰਦਾ ਲਾਇਆ ਬਾ ਪਿੱਛੇ ਰੱਸੀ ਬੰਨੀ ਵੀ ਮੈਂ 20 ਰੁਪਏ ਦੀ ਭਰਤੀ ਕਟਾ ਕੇ ਭਰਤੀ ਪਈ ਮੇਰੇ ਕੋਲ ਮੈਂ ਤੁਹਾਨੂੰ ਦੱਸਦਾ ਮੈਂ ਕੋਈ ਝੂਠ ਬੋਲਣ ਵਾਲਾ ਬੰਦਾ ਨਹੀਂ 19 ਤਰੀਕ ਦੀ ਭਰਤੀ ਦੀ ਹੈ ਇਹ ਜੀ ਭਰਤੀ ਦੇਖ ਲਓ ਪੜ ਲਓ ਕੋਈ ਨਹੀਂ ਬਸ ਤੁਸੀਂ ਦਿਖਾ ਨਹੀਂ ਤੁਸੀਂ ਪੜੋ ਉਹ ਗੱਲ ਇਹ ਹੈ ਜੀ ਉਹ ਮੈਡਮ ਫੇਰੋ ਕੋ ਸਾਨੂੰ ਗੁਰਦੁਆਰੇ ਮੂਹਰੇ ਤੇ ਠਾਲ ਕੇ ਲਿਆਈ ਹੈ ਇੱਕ ਵਿਚਾਰੀ ਮੈਡਮ ਹੋ ਰਹੀ ਸੀ ਕਹਿੰਦੀ 98 ਕੋਲ ਤਰਖੜੀ ਘਰ ਪਿਆ ਮੁਹਾਲੀ ਉਦੀ ਕੋਠੀ ਹੈ ਕਹਿੰਦੀ ਬਾਬਾ ਜੀ ਤੁਸੀਂ ਉੱਥੇ ਰਹੋ ਹਾਂ ਤੁਹਾਨੂੰ ਕੋਈ ਦਿੱਕਤ ਨਹੀਂ ਕੋਈ ਕੱਢੇਗਾ ਨਹੀਂ ਤੁਸੀਂ ਸਾਂਦੇ ਹੀ ਲਓ ਸਾਰੇ ਮੈਂ ਕਿਹਾ ਨਹੀਂ ਬੇਟੇ ਐਸੇ ਨਹੀਂ ਸੰਭਣਾ ਉਹ ਐਨੇ ਨੂੰ ਫੇਰ ਉਹ ਦੂਈ ਇੱਕ ਮੈਡਮ ਹੋ ਰਗੀ ਉਹਨੇ ਫੇਰ ਇਹ ਮੇਰਾ ਆ ਗਿਆ ਗੁਰਦੁਆਰਾ ਅੰਬਸਾਹਬ ਹਾਂਜੀ ਠੀਕ ਹੈ ਜੀ ਹਾਂਜੀ ਮੈਂ ਝੂਠ ਨਹੀਂ ਬੋਲਦਾ ਬੌਜੀ ਨਾ ਕਦੇ ਝੂਠ ਬੋਲਣਾ ਨਾ ਝੂਠ ਬੋਲਣ ਦੀ ਜ਼ਿਆਦਤ ਹੈ ਅੱਛਾ ਮੈਡਮ ਫਿਰ ਫਿਰ ਕੀ ਕਹਿੰਦੇ ਤੁਹਾਨੂੰ ਮੈਡਮ ਨੇ ਫਿਰ ਉਹ ਮੈਡਮ ਨੇ ਦੂਈ ਨੇ ਮੈਂ ਕਿਹਾ ਮੈਂ ਮੈਡਮ ਜੀ ਇੱਕ ਫੋਨ ਦੇ ਕੇ ਗਈ ਸੀ ਮੈਨੂੰ ਉਹ ਫਿਰ ਮਾਤਰਬ ਮੈਡਮ ਨੂੰ ਉਹ ਦੂਈ ਮੈਡਮ ਨੇ ਫੋਨ ਕਰਿਆ ਉਹ ਫਿਰ ਮੈਡਮ ਵਿਚਾਰੀ ਕਹਿੰਦੀ ਬਾਬਾ ਜੀ ਤੁਸੀਂ ਚੱਲੋ ਮੇਰੇ ਘਰ ਵਾਲੀ ਦਾ ਸਮਾਨ 3 ਵੀਲਰ ਤੇ ਲਿਆ ਕੇ ਇੱਥੇ ਸਾਨੂੰ ਉਹਨੇ ਛੱਡਿਆ ਮਤਲਬ ਪੈਸਾ ਵੀ ਨਹੀਂ ਵਿਚਾਰੀ ਨੇ ਸਾਥੇ ਲਿੱਤਾ ਪੈਸੇ ਵੀ ਉਹਨੇ ਹੀ 3 ਬਿੱਲਰ ਦੇ ਦਿੱਤੇ ਮੈਂ ਕਿਹਾ ਮੈਡਮ ਜੀ ਕਿਰਾਇਆ ਤਾਂ ਲੈ ਲਓ ਮੇਰੇ ਕੋਲ 5-400 ਰੁਪਇਆ ਹੈਗਾ ਤਾਂ ਉਹ ਕਹਿੰਦੀ ਵੀ ਨਹੀਂ ਕਹਿੰਦੀ ਕੋਈ ਲੋੜ ਹੋਈ ਤਾਂ ਤੁਸੀਂ ਮੈਨੂੰ ਦੱਸਿਓ ਬਸ ਸੋ ਇਹ ਕਹਾਣੀ ਆ ਜਿਹੜੀ ਤੁਹਾਨੂੰ ਦਿਖਾਉਣੀ ਸੀ ਜਿਹਦੇ ਬਾਰੇ ਗੱਲ ਕਰਨੀ ਸੀ ਮੇਰੇ ਖਿਆਲ ਚ ਇਹ ਗੱਲਾਂ ਦੇ ਜ਼ਰੀਏ ਅਸੀਂ ਬਹੁਤ ਚੀਜ਼ਾਂ ਆਪਦੇ ਆਪ ਬਾਰੇ ਵੀ ਸਮਝਦੇ ਆਂ ਬੰਦਾ ਕਿਵੇਂ ਵਿਹਾਰ ਕਰਦਾ ਉਹ ਲਾੜ ਜਿਹੜੀ ਤੁਸੀਂ ਇੰਨੀਆਂ ਰੀਝਾਂ ਦੇ ਨਾਲ ਪਾਲਦੇ ਹੋ ਤੇ ਫਿਰ ਉਹ ਕਿਵੇਂ ਬਿਲਕੁਲ ਪਾਸੇ ਪਲਟ ਜਾਂਦੀ ਆ ਇੱਕ ਪ੍ਰਾਪਰਟੀ ਦੀ ਖਾਤਰ ਕਿ ਜ਼ਿੰਦਗੀ ਦਾ ਸਾਰਾ ਸਾਰ ਅੰਸ਼ ਬਸ ਉਹ ਇੱਕ ਘਰ ਹੀ ਆ ਤੇ ਉਹਦੇ ਨਾਲ ਕੀ ਜ਼ਿੰਦਗੀ ਲੰਘ ਜੂ ਤੇ ਕੀ ਉਹਨਾਂ ਦੇ ਜਿਹੜੇ ਬੱਚੇ ਹੋਣਗੇ ਉਹ ਨਹੀਂ ਦੇਖਣਗੇ ਕਿ ਸਾਡੇ ਮਾਂ ਪਿਓ ਨੇ ਕੀ ਕੀਤਾ ਤੇ ਜਿਹੜੇ ਦੇਖਣਗੇ ਨਾ ਫਿਰ ਉਹ ਉਵੇਂ ਹੀ ਕਰਨਗੇ ਬੱਚਾ ਨੇ ਤਾਂ ਉਦਾਹਰਨਾ ਤੋਂ ਸਿੱਖਣਾ ਜੇ ਅਸੀਂ ਅੱਜ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਇੱਕ ਪੈਸੇ ਦੀ ਇੱਕ ਬੜੀ ਹੀ ਬੁਰੀ ਦੌਰ ਦੇ ਵਿੱਚ ਪਏ ਹੋયા ਤਾਂ ਸਾਨੂੰ ਸਭ ਨੂੰ ਸੋਚਣਾ ਪਊ ਸਾਨੂੰ ਬਹੁਤ ਚੀਜ਼ਾਂ ਤੇ ਵਰਕ ਕਰਨ ਦੀ ਜ਼ਰੂਰਤ ਆ ਸਾਨੂੰ ਇੱਕ ਚੰਗੇ ਸਮਾਜਿਕ ਮਾਹੌਲ ਦੀ ਜ਼ਰੂਰਤ ਹੈ ਜਿੱਥੇ ਬਜ਼ੁਰਗਾਂ ਦੇ ਨਾਲ ਆ ਕੁਝ ਨਾ ਹੋਵੇ ਬਹੁਤ ਮਜਬੂਰੀਆਂ ਹੋਣਗੀਆਂ ਸ਼ਾਇਦ ਉਹ ਕਰ ਛੋਟਾ ਹੋਵੇ ਉਹਨਾਂ ਦੇ ਲੌਜਿਕੇ ਹੋ ਸਕਦੇ ਆ ਪਰ ਉਦੋਂ ਵੀ ਛੋਟੇ ਲੋਕਾਂ ਦੇ ਹੋਣੇ ਆ ਜਿੱਥੇ ਮਾਪੇ-ਬਾਪ ਨਾਲ ਰਹਿੰਦੇ ਹੋਣੇ ਆ ਬੜੀ ਖੁਸ਼ੀ ਦੇ ਨਾਲ ਗੱਲ ਦਿਲ ਵੱਡੇ ਕਰਨ ਦੀ ਹੈ ਘਰ ਬਹੁਤ ਵੱਡੇ ਪਏ ਆ ਲੋਕਾਂ ਦੇ ਕੋਲ ਵਕਤ ਹੈ ਸਮਾਂ ਜੇ ਸੰਭਲਗੇ ਤਾਂ ਚੰਗਾ ਕੋਸ਼ਿਸ਼ ਇਹ ਹੀ ਕਰਗੇ ਕਿ ਇਹ ਹਸ਼ਰ ਜੋ ਇਸ ਬਜ਼ੁਰਗ ਜੋੜੇ ਦਾ ਹੋ ਰਿਹਾ ਕਿਸੇ ਹੋਰ ਜੋੜੇ ਦਾ ਨਾ ਹੋਵੇ ਕੈਮਰਾਮੈਨ ਪ੍ਰਦੀਪ ਸ਼ਰਮਾ ਦੇ ਨਾਲ ਨਵਰੀ ਸਵੀਆ ਟੀਵੀ ਪੰਜਾਬ ਬੋਹਾੜੀ